ਕਈ ਵਾਰ ਅਸੀਂ ਭਾਰਤ ਦੇ ਵਿੱਚ ਬਹਿ ਕੇ ਜਾਂ ਪੰਜਾਬ ਦੇ ਵਿੱਚ ਬਹਿ ਕੇ ਇਹ ਬੜਾ ਸੋਚਦੇ ਰਹਿੰਦੇ ਹਾਂ ਕਿ ਬਾਹਰਲੇ ਮੁਲਕਾਂ ਦੇ ਵਿੱਚ ਕਾਨੂੰਨ ਦੀ ਵਿਵਸਥਾ ਬਹੁਤ ਚੰਗੀ ਹੈ, ਚੰਗੀ ਵੀ ਹੋਵੇਗੀ। ਪਰ ਇਸ ਸਭ ਦੇ ਵਿੱਚ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਸਾਰਿਆਂ ਨੂੰ ਸੋਚਣਾ ਮਜਬੂਰੀ ਬਣ ਗਿਆ ਹੈ ਕਿ ਆਖਰ ਹੋਇਆ ਕੀ ਹੈ। ਦਰਅਸਲ ਬੀਤੇ ਹੀ ਦਿਨਾਂ ਦੇ ਵਿੱਚ ਇੱਕ ਖਬਰ ਨਸ਼ਰ ਹੁੰਦੀ ਹੈ ਜਿੱਥੇ ਕਿ ਦੁਨੀਆ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਬ੍ਰਿਟੇਨ ਦੇ ਸਭ ਤੋਂ ਅਮੀਰ ਘਰਾਣਿਆਂ ਦੇ ਵਿੱਚੋਂ ਹਿੰਦੂਜਾ ਫੈਮਿਲੀ 'ਤੇ 4.5 ਸਾਲ ਦੀ ਸਜ਼ਾ ਸੁਣਾਈ ਗਈ ਸੀ, ਜਿਸ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਹਿੰਦੂਜਾ ਗਰੁੱਪ ਦੇ ਜਿਹੜੇ ਮੇਨ ਲੀਡਰ ਆ ਜਾਂ ਫੈਮਿਲੀ ਦੇ ਜਿਹੜਾ ਮੁੱਖ ਸਦੱਸਯ ਆ ਪ੍ਰਕਾਸ਼ ਹਿੰਦੂਜਾ, ਉਹਨਾਂ ਦੀ ਪਤਨੀ ਕਮਲ, ਉਹਨਾਂ ਦਾ ਪੁੱਤਰ ਅਜੇ ਅਤੇ ਨਮਰਤਾ ਜਿਹੜੀ ਪੁੱਤਰ ਦੀ ਪਤਨੀ ਹੁੰਦੀ ਆ, 4.5 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਸੀ। ਅਤੇ ਉਸ ਤੋਂ ਬਾਅਦ ਕਈ ਦਿੱਗਜ ਲੋਕਾਂ ਦੇ ਵੱਲੋਂ ਇਹ ਆਖ ਦਿੱਤਾ ਗਿਆ ਸੀ ਕਿ ਸਭ ਤੋਂ ਅਮੀਰ ਫੈਮਿਲੀ ਨੂੰ ਵੀ ਬਾਹਰਲੇ ਮੁਲਕ ਦੇ ਵਿੱਚ ਸਜ਼ਾ ਸੁਣਾ ਦਿੱਤੀ ਗਈ ਹੈ। ਪਰ ਹੁਣ ਹੁੰਦਾ ਕੀ ਹੈ, ਕੁਝ ਹੀ ਘੰਟਿਆਂ ਦੇ ਵਿੱਚ ਜਾਂ ਤੁਸੀਂ ਇੰਝ ਆਖ ਲਵੋ ਕਿ ਅਗਲੇ ਹੀ ਦਿਨ ਉਹਨਾਂ ਨੂੰ ਬਰੀ ਕਰ ਦਿੱਤਾ ਜਾਂਦਾ ਹੈ, ਉੱਪਰਲੀ ਕੋਰਟ ਦੇ ਵੱਲੋਂ ਇਹ ਫੈਸਲਾ ਸੁਣਾਇਆ ਜਾਂਦਾ ਹੈ ਜਦੋਂ ਉਹਨਾਂ ਦੇ ਵਕੀਲ ਇਸ ਮਾਮਲੇ ਦੇ ਵਿੱਚ ਆਪਣੀਆਂ ਦਲੀਲਾਂ ਪੇਸ਼ ਕਰਦੇ ਹੈ। ਦਰਅਸਲ ਇਸ ਮਾਮਲੇ ਦੇ ਵਿੱਚ ਜੇਕਰ ਥੋੜ੍ਹਾ ਜਿਹਾ ਪਿੱਛੇ ਜਾਣ ਦੀ ਕੋਸ਼ਿਸ਼ ਕਰੀਏ ਤਾਂ ਜਿਹੜੀ ਇਹ ਹਿੰਦੂਜਾ ਫੈਮਿਲੀ ਆ, ਇਹ ਭਾਰਤੀ ਮੂਲ ਦੇ ਜਿਹੜੇ ਲੋਕ ਵਾ ਬ੍ਰਿਟੇਨ ਦੇ ਵਿੱਚ ਰਹਿੰਦੇ ਆ, ਕਈ ਇਹਨਾਂ ਦੀਆਂ ਕੰਪਨੀਆਂ ਹੈ, ਜੇਕਰ ਗੱਲ ਕੀਤੀ ਜਾਵੇ ਤਾਂ $20 ਮਿਲੀਅਨ ਤੱਕ ਇਹਨਾਂ ਦੀ ਸੰਪਤੀ ਮੰਨੀ ਜਾਂਦੀ ਹੈ। ਪਰ ਇਸ ਸਭ ਦੇ ਵਿੱਚ ਇਲਜ਼ਾਮ ਕੀ ਲੱਗਦੇ ਨੇ, ਘਰ ਦੇ ਹੀ ਨੌਕਰਾਂ ਦੇ ਵੱਲੋਂ ਜਾਂ ਸਰਕਾਰੀ ਵਕੀਲ ਦੇ ਵੱਲੋਂ ਇਹ ਆਖ ਦਿੱਤਾ ਜਾਂਦਾ ਹੈ ਕਿ ਹਿੰਦੂਜਾ ਫੈਮਿਲੀ ਜਿਹੜਾ ਲੋਕਾਂ ਦਾ ਸ਼ੋਸ਼ਣ ਆ, ਜਿਹੜੇ ਘਰੇ ਰੱਖੇ ਗਏ ਨੌਕਰ ਆ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਪਹਿਲੇ ਇਲਜ਼ਾਮਾਂ ਦੇ ਵਿੱਚ ਨੌਕਰਾਂ ਦੇ ਵੱਲੋਂ ਇਹ ਚੀਜ਼ਾਂ ਇੱਕ ਜਿਹੜੀ ਰਿਪੋਰਟ ਵਾ ਬਲੂਬਰਗ ਉਹਦੇ ਮੁਤਾਬਕ ਦੱਸੀਆਂ ਗਈਆਂ ਜਾਂ BBC ਦੇ ਵੱਲੋਂ ਜੋ ਛਾਪਿਆ ਗਿਆ ਸੀ ਕਿ ਜਿਹੜੇ ਨੌਕਰ ਆ ਉਹਨਾਂ ਤੋਂ 12 ਤੋਂ 15 ਘੰਟੇ ਕੰਮ ਕਰਾਇਆ ਜਾਂਦਾ ਅਤੇ ਨਾਲ ਦੀ ਨਾਲ ਉਹਨਾਂ ਨੂੰ ਜਿਹੜਾ ਖਾਣਾ ਵਧੀਆ ਨਹੀਂ ਦਿੱਤਾ ਜਾਂਦਾ। ਜੇਕਰ ਬਲੂਬਰਗ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਜਿਹੜਾ ਨੌਕਰਾਂ 'ਤੇ ਤਸ਼ੱਦਦ ਦੀ ਗੱਲ ਕੀਤੀ ਜਾਂਦੀ ਹੈ, ਸਭ ਤੋਂ ਪਹਿਲਾਂ ਉਹਨਾਂ ਨੂੰ ਜ਼ਿਆਦਾ ਘੰਟੇ ਕੰਮ ਕਰਾਇਆ ਜਾਂਦਾ, ਕਹਿੰਦੇ ਫੈਮਿਲੀ ਦੀ ਡਿਮਾਂਡ ਆ ਕਿ ਸਾਡੀਆਂ ਲੋੜਾਂ ਮੁਤਾਬਕ ਕੰਮ ਕੀਤਾ ਜਾਵੇ। ਸੌਣ ਨੂੰ ਜ਼ਮੀਨ 'ਤੇ ਸੌਣ ਦੀ ਗੱਲ ਆਖੀ ਗਈ ਸੀ। ਜਿਹੜੇ ਸਾਈਨਾਂ ਦੇ ਵਿੱਚ ਇਹ ਇਲਜ਼ਾਮ ਲੱਗਦੇ ਪਏ ਆ ਜਿਹੜੇ ਸ਼ਿਕਾਇਤਕਰਤਾ ਨੇ ਸਾਈਨ ਕੀਤੇ ਸੀਗੇ। ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਜੇਕਰ ਸਵਿਸ ਉੱਥੋਂ ਦੇ ਤਨਖਾਹ ਦੀ ਗੱਲ ਕੀਤੀ ਜਾਵੇ ਤਾਂ ਉੱਥੋਂ ਦਾ ਜਿਹੜਾ ਇੱਕ ਪੱਕਾ ਕਾਨੂੰਨ ਬਾਹਰਲੇ ਮੁਲਕਾਂ ਦੇ ਵਿੱਚ ਬਣਿਆ ਜਾਂਦਾ ਤਾਂ 10% ਪੂਰੀ 100% ਦੇ ਵਿੱਚੋਂ ਸਿਰਫ 10ਵਾਂ ਹਿੱਸਾ ਤਨਖਾਹ ਦਾ ਦਿੱਤਾ ਜਾਂਦਾ ਸੀ। ਜੇਕਰ ਮੰਨ ਕੇ ਚੱਲੀਏ ਰਿਪੋਰਟਾਂ ਦੀ ਤਾਂ ਮਹਿਜ਼ 654 ਰੁਪਏ ਦਿਹਾੜੀ ਅਤੇ 2.38 ਲੱਖ ਰੁਪਈਆ ਸਲਾਨਾ ਦਿੱਤਾ ਜਾਂਦਾ ਸੀ। ਇਸ ਤੋਂ ਬਾਅਦ ਸ਼ਿਕਾਇਤਕਰਤਾ ਦੇ ਵੱਲੋਂ ਸਰਕਾਰੀ ਵਕੀਲ ਦੇ ਨਾਲ ਕੋਰਟ ਦਾ ਰੁੱਖ ਕੀਤਾ ਜਾਂਦਾ ਹੈ, 4.5 ਸਾਲ ਦੀ ਸਜ਼ਾ ਇਹਨਾਂ ਫੈਮਿਲੀ ਵਾਲਿਆਂ ਨੂੰ ਸੁਣਾ ਦਿੱਤੀ ਜਾਂਦੀ ਹੈ। ਪਰ ਉਸ ਤੋਂ ਬਾਅਦ ਹੁੰਦਾ ਕੀ ਹੈ, ਜਦੋਂ ਇਹ ਸਜ਼ਾ ਸੁਣਾਈ ਜਾਂਦੀ ਹੈ ਤਾਂ ਮੰਨਿਆ ਹੀ ਜਾਂਦਾ ਹੈ ਕਿ ਉਦੋਂ ਇਹ ਫੈਮਿਲੀ ਦੇ ਜਿਹੜੇ ਮੁੱਖ ਸਦੱਸਯ ਆ ਉੱਥੇ ਕੋਰਟ ਦੇ ਵਿੱਚ ਨਹੀਂ ਹੁੰਦੇ ਅਤੇ ਉਸ ਤੋਂ ਬਾਅਦ ਉੱਪਰਲੀ ਅਦਾਲਤ ਦਾ ਰੁੱਖ ਕੀਤਾ ਜਾਂਦਾ ਅਤੇ ਉੱਥੇ ਇਹਨਾਂ ਨੂੰ ਬਰੀ ਕਰ ਦਿੱਤਾ ਜਾਂਦਾ। ਬਰੀ ਇਸ ਕਰਕੇ ਕੀਤਾ ਜਾਂਦਾ ਹੈ ਕਿ ਹੁਣ ਜਿਨ੍ਹਾਂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਉਹ ਜੋ ਰਿਪੋਰਟਾਂ ਮੁਤਾਬਕ ਦੱਸਿਆ ਗਿਆ ਹੈ ਕਿ ਸਮਝੌਤਾ ਹੋ ਗਿਆ ਹੈ, ਜਾਂ ਸ਼ਿਕਾਇਤਕਰਤਾ ਨੇ ਜਿਹੜੀ ਨੌਕਰ ਵਾ ਉਹਨਾਂ ਨੇ ਇਹ ਆਖ ਦਿੱਤਾ ਹੈ ਕਿ ਸਾਨੂੰ ਜੋ ਲਿਖਿਆ ਗਿਆ ਸੀ ਉਹ ਇੰਨੀ ਸਮਝ ਨਹੀਂ ਸੀ, ਸਾਨੂੰ ਥੋੜ੍ਹਾ ਜਿਹਾ ਇੰਝ ਆਖ ਲਵੋ ਕਿ ਧੱਕੇ ਨਾਲ ਸਾਈਨ ਕਰਵਾਏ ਗਏ ਸਨ। ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਦਿੱਤੇ ਬਿਆਨ ਵਾਪਸ ਲੈ ਲਏ ਅਤੇ ਇਹਨਾਂ ਨੂੰ ਹੁਣ ਬਰੀ ਕਰ ਦਿੱਤਾ ਗਿਆ ਹੈ। ਪਰ
ਅਸਲ ਦੇ ਵਿੱਚ ਤੁਹਾਨੂੰ ਕੀ ਲੱਗਦਾ ਪਿਆ ਹੈ? ਇਹ ਇੱਕ ਬਹੁਤ ਵੱਡਾ ਸਵਾਲ ਹੈ। ਜੇਕਰ ਗੱਲ ਮੰਨ ਕੇ ਚੱਲੀਏ ਤਾਂ ਇਹਨਾਂ 'ਤੇ ਪਹਿਲਾਂ ਵੀ 2007 ਦੇ ਵਿੱਚ ਅਜਿਹਾ ਹੀ ਕੁਝ ਮਾਮਲਾ ਸਾਹਮਣੇ ਆਇਆ ਸੀ, ਪਰ ਇਸ ਸਭ ਦੇ ਵਿੱਚ ਲਗਾਤਾਰ ਇੰਨੀ ਅਮੀਰ ਫੈਮਿਲੀ ਕਿਉਂ ਇੱਕ ਛੋਟੇ ਜਿਹੇ ਕੰਮ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ? ਭਾਵੇਂ ਕਿ ਇਹ ਅਮੀਰ ਫੈਮਿਲੀ ਇਹ ਦਾਅਵਾ ਕਰਦੀ ਪਈ ਹੈ ਕਿ ਜਿਹੜੇ ਅਸੀਂ ਨੌਕਰਾਂ ਦਾ ਕੰਮ ਹੈ, ਇਹ ਇੰਡੀਆ ਦੀ ਹੀ ਕੰਪਨੀ ਹੈ, ਉਹ ਆਪਣੇ ਆਪ ਹੀ ਸਾਨੂੰ ਨੌਕਰ ਪ੍ਰੋਵਾਈਡ ਕਰ ਦਿੰਦੇ ਆ। ਉਹਨਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜੇ ਨੌਕਰ ਅਜਿਹੀ ਗੱਲ ਹੁੰਦੀ ਤਾਂ ਦੁਬਾਰਾ ਸਾਡੇ ਕੋਲ ਕੰਮ ਨਾ ਕਰਨ ਆਉਂਦੇ। ਪਰ ਦੂਸਰੇ ਪਾਸੇ ਇਲਜ਼ਾਮਾਂ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਇਹਨਾਂ ਦੇ ਪਾਸਪੋਰਟ ਜ਼ਬਤ ਕਰ ਲਏ ਜਾਂਦੇ ਸਨ, ਘਰ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੁੰਦੀ ਸੀ। ਪਰ ਹੁਣ ਗੱਲ ਬ੍ਰਿਟਨ ਦੀ ਕਰਦੇ ਪਏ ਹਾਂ, ਸਵਿਟਜ਼ਰਲੈਂਡ ਦੇ ਵਿੱਚ ਜੇਕਰ ਸਵਿਸ ਦੇ ਵਿੱਚ ਅਜਿਹੇ ਮਾਮਲੇ ਸਾਹਮਣੇ ਆਉਂਦੇ ਪਏ ਆ, ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਇਹ ਹਿੰਦੂ ਜਾਂ ਫੈਮਿਲੀ ਆ, ਇਹਨਾਂ ਨੂੰ ਬਰੀ ਕੀਤਾ ਗਿਆ ਇਸ ਦੇ ਵਿੱਚ? ਕੀ ਵਾਕਈ ਹੀ ਨੌਕਰਾਂ ਦੇ ਵੱਲੋਂ ਸ਼ਿਕਾਇਤ ਵਾਪਸ ਲੈ ਲਈ ਗਈ ਕਿਉਂਕਿ ਧੱਕੇ ਦੇ ਨਾਲ ਕਿਸੇ ਦੇ ਵੱਲੋਂ ਸ਼ਿਕਾਇਤ ਕਰਵਾਈ ਗਈ ਸੀ, ਜਾਂ ਵਾਕਈ ਹੀ ਜਿਵੇਂ ਮੰਨ ਕੇ ਚੱਲੀਏ ਮਨ ਦੇ ਵਿੱਚ ਸ਼ੰਕਾ ਜ਼ਾਹਿਰ ਹੁੰਦੀ ਹੈ ਕਿ ਕਿਤੇ ਨਾ ਕਿਤੇ ਕੁਝ ਗੜਬੜੀ ਤਾਂ ਨਹੀਂ? ਤੁਹਾਨੂੰ ਕੀ ਲੱਗਦਾ ਪਿਆ? ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨਾ।